ਧੰਨ ਗੁਰੂ ਨਾਨਕ ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਸਚਕਾਰ ਸਤ ਕਰਤਾ ਪੁਰਖ ਨਿਰਵੈ ਅਕਾਲ ਅਜੂਨੀ ਸਹਿਬ ਜਪ ਆਦ ਸਚ ਨਾਨਕ ਹੋਸੀ ਪੀ ਸਚ ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਵੈਰਿ ਅਕਾਲ ਪੁਰਖ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਸਚ ਨਾਨਕ ਹੋਸੀ ਪੀ ਸਚ ਏਕ ਓਅੰਕਾਰ ਸਤ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਸਚ ਧੰਨ ਗੁਰੂ ਨਾਨਕ 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 ਇਸ ਇਲਾਕੇ ਦੀ ਸੰਗਤ ਪਿੰਡ ਬੰਮਾ ਗੁਰੂ ਕਾ ਜੰਡਿਆਲਾ ਇਹ ਸਾਰਾ ਇਲਾਕਾ ਸਾਡੇ ਗੁਰੂਆਂ ਦੀ ਚਰਨ ਛੋਹ ਧਰਤੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਸੱਤਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਗੁਰੂਆਂ ਦੀ ਚਰਨ ਛੋਹ ਧਰਤੀ ਹੈ। ਗੁਰੂਆਂ ਪੀਰਾਂ ਮਹਾਂਪੁਰਖਾਂ ਦੀ ਸਾਰੀ ਇਹ ਧਰਤੀ ਹੈ। ਅੱਜ ਲੋੜ ਹੈ ਸਾਰਿਆਂ ਨੂੰ
ਕਿ ਅਸੀਂ ਗੁਰੂਆਂ ਦੇ ਪਾਏ ਪੂਰਨਿਆਂ 'ਤੇ ਚੱਲੀਏ। ਗੁਰਸਿੱਖ ਬਣੀਏ ਅਤੇ ਰੋਜ਼ ਨਾਮ ਜਪੀਏ, ਸੇਵਾ ਸਿਮਰਨ ਕਰੀਏ। ਇਹ ਹੁਣ ਨਾਮ ਜਪਣ ਦਾ ਕੁੰਭ ਹੈ, 21 ਦਿਨ ਦਾ ਸਮਾਗਮ ਹੈ ਤੇ 21 ਦਿਨ ਨਾਮ ਦੇ ਪ੍ਰਵਾਹ ਹੀ ਚੱਲਣੇ ਹੈ। ਦਿਨ ਰਾਤ ਗੁਰਬਾਣੀ ਦੇ ਪਾਠ, ਸਿਮਰਨ ਮਾਲਾ, ਇਹਨਾਂ ਦਾ ਕੋਈ ਅੰਤ ਨਹੀਂ ਰਹਿਣਾ। ਸਾਰੇ ਬੱਚਿਆਂ ਨੂੰ ਵੀ ਲਾਓ ਇਸ ਪਾਸੇ, ਮਾਂ ਸੰਪਣ ਪਾਠ ਦੇ ਵਿੱਚ ਸੇਵਾ ਲਵੋ। ਬਹੁਤ ਸਕੂਲਾਂ 'ਚ ਜਿਹੜੇ ਬੱਚੇ ਨੇ ਉਹ ਪਾਠੀ ਬਣ ਗਏ ਆ ਪੂਰੇ। ਇੱਥੇ ਤਾਂ ਪਤਾ ਨਹੀਂ, ਪਰ ਹਰ ਥਾਂ 'ਤੇ ਅਸੀਂ ਪੰਜ ਪੰਜ ਸੱਤ ਸੱਤ ਸੰਥਿਆ ਕਰਾਉਣ ਵਾਲੇ, ਕੀਰਤਨ ਵਾਲੇ ਉਹ ਰੱਖੇ ਆ ਜਿਹੜੇ ਬੱਚਿਆਂ ਨੂੰ ਸਿਖਲਾਈ ਦਿੰਦੇ ਆ। ਇਹੀ ਬੱਚੇ ਆਉਣ ਵਾਲੇ ਸਮੇਂ 'ਚ ਫਿਰ ਨਾਮ ਬਾਣੀ ਦੇ ਪ੍ਰਵਾਹ ਚਲਾਉਣਗੇ। ਵੱਧ ਤੋਂ ਵੱਧ ਸਕੂਲ 'ਚੋਂ ਬੱਚਿਆਂ ਨੂੰ ਲਾਓ, ਮਾਂ ਬਾਪ ਦੀ ਮਰਜ਼ੀ ਦੇ ਨਾਲ ਪੜ੍ਹਾਈ ਉਹਨਾਂ ਦੀ ਅੰਦਰ ਹੀ ਚੱਲੀ ਜਾਏਗੀ। ਜਦੋਂ ਕਰੋਨਾ ਦਾ ਸਮਾਂ ਸੀ, ਬਹੁਤ ਸਮਾਂ ਬੱਚਿਆਂ ਦੀ ਪੜ੍ਹਾਈ ਜਿਹੜੀ ਘਰਾਂ ਵਿੱਚ ਹੀ ਚੱਲਦੀ ਸੀ, ਇੱਕ ਦਾ ਕੋਈ ਟੀਚਰ ਨਾਲ ਲਾ ਦਿਓ ਅਤੇ ਬੱਚਿਆਂ ਤੋਂ ਹੀ ਮਹਾਂਸੰਪੜ ਪਾਠ ਕਰਾਓ। ਇੱਥੋਂ ਦੇ ਬੱਚੇ ਹੈਗੇ ਨੇ, ਚੱਬੇ ਦੇ ਹੈਗੇ ਆ, ਹੋਰ ਵੀ ਜਿਹੜੇ ਲੱਗ ਸਕਦੇ ਲਾਓ, ਉਹਨਾਂ ਦੀ ਪੜ੍ਹਾਈ ਵੀ ਪੂਰੀ ਹੋ ਜਾਏ ਅੰਦਰ ਅਤੇ ਉਹਨਾਂ ਦੇ ਕਰਮ ਵੀ ਬਣ ਜਾਣ। ਇਹ ਮਾਂ ਸੰਪਣ ਪਾਠ ਉਹਨਾਂ ਦਾ ਖਜ਼ਾਨਾ ਜਿਹੜੇ 21 ਦਿਨ ਅੰਦਰ ਰਹਿ ਕੇ ਜਪ ਤਪ ਕਰ ਲੈਣਗੇ, ਇਹ ਉਹਨਾਂ ਨੂੰ ਭੁੱਲਣੇ ਨੇ। ਇਹਨਾਂ ਨੇ ਪੜ੍ਹਾਈ ਨੇ ਤਾਂ ਪਤਾ ਨਹੀਂ ਕਿੱਥੋਂ ਤੱਕ ਲੈ ਕੇ ਜਾਣਾ, ਪਰ ਇਸ ਪਾਠ ਨੇ ਸਾਨੂੰ ਪਤਾ ਹੀ ਨਹੀਂ ਕਿੱਥੇ ਪਹੁੰਚਾ ਦੇਣਾ। ਜਿਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਦੇ, ਬਾਬਾ ਈਸ਼ਰ ਸਿੰਘ ਜੀ ਦੇ ਨਾਲ ਮਹਾਂਸੰਪਣ ਕੀਤੇ, ਉਹ ਸਾਖੀਆਂ ਸੁਣਾਉਂਦੇ ਆਪਣੀਆਂ ਵੀ ਜਿਵੇਂ ਜਿਵੇਂ ਅਸੀਂ ਕੀਤੇ ਅਤੇ ਕੀ ਕੌਤਕ ਵਰਤੇ। ਇਹ ਗੁਰੂ ਨਾਨਕ ਦੇ ਘਰ ਦੇ ਸ਼ਕਤੀਆਂ ਦਾ ਭੰਡਾਰ ਹੈ। ਉੱਚੋ ਵਾਲੇ ਮਹਾਰਾਜ ਤਾਂ ਵੈਸੇ ਹੀ ਦੁਨੀਆ ਤੋਂ ਨਿਹਾਰੇ ਆ, ਉਹਨਾਂ ਦੀ ਤਾਂ ਮਹਿਮਾ ਕਹੀ ਨਹੀਂ ਜਾ ਸਕਦੀ ਕਿ ਅੱਜ ਘੋਰ ਕਲਯੁਗ ਵਿੱਚ ਸਾਧੂ ਸੰਤ ਜਿਹੜੇ ਆ, ਇਹ ਜਿੰਨੀ ਦੇਰ ਸੰਸਾਰ 'ਚ ਰਹਿੰਦੇ ਨਾਮ ਜਪਾਉਂਦੇ ਆ,
ਜੇ ਸਰੀਰ ਕਰਕੇ ਚਲੇ ਵੀ ਜਾਣ ਫਿਰ ਵੀ ਇਹ ਨਾਮ ਜਪਾਉਂਦੇ ਆ। ਸਰੀਰ ਹੀ ਖਤਮ ਹੁੰਦਾ ਹੈ, ਇਹਨਾਂ ਦੀ ਜਿਹੜੀ ਬੰਦਗੀ ਹੈ, ਨਾਮ ਹੈ, ਸਿਮਰਨ ਹੈ, ਉਹਦਾ ਪ੍ਰਤਾਪ ਉਵੇਂ ਹੀ ਰਹਿੰਦਾ ਹੈ। ਤੇ ਬਾਬਾ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਮਾਂ ਹਰਨਾਮ ਸਿੰਘ ਜੀ ਆਪਣੀ ਸ਼ਕਤੀ ਨਾਲ ਜਪ ਤਪ ਕਰਵਾ ਰਹੇ ਨੇ। ਇਹ ਸਥਾਨ ਐਵੇਂ ਨਹੀਂ ਬਣਿਆ, ਇਹ ਸਾਡੇ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਛਾਇਆ ਹੈ। ਉਹਨਾਂ ਦਾ ਇਸ ਧਰਤੀ ਤੇ ਛਾਇਆ, ਸਾਡੇ ਗੁਰੂਆਂ ਪੀਰਾਂ ਮਹਾਂਪੁਰਖਾਂ ਦਾ ਪਤਾ ਹੀ ਨਹੀਂ ਉਹਨਾਂ ਨੇ ਕਿੱਥੇ ਕਿੱਥੇ ਕੌਤਕ ਕੀਤੇ ਆ। ਇੱਥੇ ਨਗਰ ਵਾਲੇ ਵੀ ਸਾਰੇ ਹੀ ਦੱਸਦੇ ਹਨ ਕਿ ਇਹ ਧਰਤੀ ਕੋਈ ਆਮ ਧਰਤੀਆਂ ਵਰਗੀ ਨਹੀਂ, ਇਹਦੇ ਉੱਤੇ ਕਿਸੇ ਮਹਾਂਪੁਰਸ਼ਾਂ ਦਾ ਪਹਿਰਾ ਹੈ, ਗੁਰੂਆਂ ਦਾ ਪਹਿਰਾ ਇਸ ਧਰਤੀ ਤੇ। ਬੜੇ ਲੋਕਾਂ ਨੂੰ ਉਹ ਕੌਤਕ ਵੀ ਦਿਸਦੇ ਆ। ਤੇ ਆਓ ਹੁਣ ਸਾਰੇ ਆਪਾਂ ਲਾਹਾ ਖੱਟੀਏ। ਹਰ ਧਨ ਕੇ ਭਰ ਲਿਓ ਭੰਡਾਰ, ਨਾਮ ਜਪ ਜਪ ਕੇ ਆਪਦੇ ਭੰਡਾਰ ਭਰ ਲਓ। ਇਹ ਸੰਗਤ ਦਾ ਲਾਭ ਹੁੰਦਾ ਹੈ, ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਰਹਿ ਕੇ ਨਾਮ ਜਪਣਾ ਸਿੱਖ ਲਈਏ। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਅੱਜ ਆਪਾਂ ਸਿੱਖ ਲਾਂਗੇ ਬਾਬਾ ਜੀ ਆਸਨ, ਜਿਹੜਾ ਲੱਗਦਾ ਹੈ ਬਾਬਾ ਨੰਦ ਸਿੰਘ ਬੈਠੇ ਹੁੰਦੇ ਨੇ, ਉਹਨਾਂ ਦਾ ਪਹਿਰਾ ਹੈ ਬਾਬਾ ਜੀ ਦਾ। ਪੁੱਛੋ ਵਾਲੇ ਮਹਾਰਾਜ ਜੀ ਆਪਣੇ ਪਹਿਰੇ ਵਿੱਚ ਸਾਰੇ ਕੰਮ ਕਰਾਉਂਦੇ ਆ, ਆਪਣੀ ਸ਼ਕਤੀ ਵਰਤਾਉਂਦੇ ਆ। ਉਹਨਾਂ ਦਾ ਸੰਪੂਰਨ ਪਹਿਰਾ ਹੁੰਦਾ ਹੈ ਉਹ ਗੁਰੂ ਨਾਨਕ ਦੀ ਜੋਤ ਹੈ। ਜਿੱਥੇ ਵੀ ਬਾਬੇ ਨੰਦ ਸਿੰਘ ਦੇ ਕਾਰਜ ਨੇ ਉੱਥੇ ਗੁਰੂ ਨਾਨਕ ਸਾਹਿਬ ਪੁੱਛੋ ਵਾਲੇ ਮਹਾਰਾਜ ਜੀ ਪਹਿਰਾ ਲਾ ਕੇ ਰੱਖਦੇ ਆ, ਤਾਂ ਇਹ ਕਾਰਜ ਸੰਪੂਰਨ ਹੁੰਦੇ ਨੇ। ਆਓ ਸਾਧੂ ਸੰਗ ਸਿਖਾਇਓ ਨਾਮ। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ। ਸੰਗ ਸਿਖਾਇਓ ਨਾ ਸਰਬ ਮਨੋਰਥ।
ਪੂਰਨ ਕਾ ਸਾਧੂ ਸੰਗ ਸਿਖਾਇਓ ਨਾ ਸਰਬ ਮਨੋਰਥ ਪੂਰਨ ਕਾ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਗੁਰੂ ਵਾਹਿ ਇਹ ਬੜੀ ਮਹਾਨ ਸੰਗਤੀ ਜਿਹੜੀ ਆ ਰਾਤ ਨੂੰ ਸੰਗਤ ਸਾਜਦੀ ਇਹਦੀ ਮਹਿਮਾ ਵੇਦਾਂ ਸ਼ਾਸਤਰਾਂ ਨੇ ਗ੍ਰੰਥਾਂ ਨੇ ਕੀਤੀ ਹੈ ਕਿ ਇਹ ਰਹਿਣ ਸਵਾਈ ਦੀ ਮਹਿਮਾ ਕੀ ਹੈ। ਹੁਣ ਤਾਂ ਮਾਹੌਲ ਬਣ ਗਏ ਨੇ ਅਸੀਂ ਮਹਾਂਪੁਰਸ਼ਾਂ ਦੀ ਕਥਾ ਸੁਣ ਰਹੇ ਸੀ ਰਾਹ 'ਚ ਬਾਬਾ ਕੁਲਵੰਤ ਸਿੰਘ ਜੀ ਕਹਿ ਰਹੇ ਸੀ ਭਾਈ ਆਪਾਂ ਕਹਿੰਦੇ ਅੰਮ੍ਰਿਤ ਵੇਲਾ ਬਣਾ ਤੇ ਅੰਮ੍ਰਿਤ ਵੇਲਾ ਬਣਨਾ ਕਿਵੇਂ ਆ ਕਹਿੰਦੇ ਜਿਹੜਾ ਸਮਾਂ ਸਾਡਾ ਸੌਣ ਦੇਣਾ ਉੱਠਣ ਦਾ ਉਹ ਸਮੇਂ ਤਾਂ ਆਪਾਂ ਸੁਣਨੇ ਹਾਂ ਜਿਹੜਾ ਅੰਮ੍ਰਿਤ ਵੇਲਾ ਉੱਠਣ ਵਾਸਤੇ ਆਣਾ ਉਦੋਂ ਜਾ ਕੇ ਨੀਂਦਰ ਪੈਂਦੀ ਹੈ ਪੈਂਦੀ ਨਹੀਂ ਗੀ ਫਿਰ ਆ ਬਾਬਾ ਜੀ ਨੇ ਮਿਹਰ ਕੀਤੀ ਕਿ ਭਾਈ ਹੁਣ ਕਲਯੁਗ ਦਾ ਜ਼ੋਰ ਪੈ ਗਿਆ ਜੇ ਆਪਾਂ ਅੰਮ੍ਰਿਤ ਵੇਲੇ ਉਠਾਉਣ ਦੀ ਗੱਲ ਕਰਾਂਗੇ ਨਾ ਇਹ ਲੋਕ ਤਾਂ ਰਾਤ ਨੀਂਦਰ ਨਹੀਂ ਆਉਂਦੀ ਕਿਸੇ ਨੂੰ ਇਹਨਾਂ ਨੂੰ ਨੀਂਦਰ ਹੀ ਅੰਮ੍ਰਿਤ ਵੇਲੇ ਆਉਣੀ ਹੈ ਅਤੇ ਕਿਉਂ ਨਾ ਆਪਾਂ ਰਹਿਣ ਸਵਾਈ ਸ਼ੁਰੂ ਕਰ ਦਿੱਤੀ ਸਾਨੂੰ ਨੀਂਦਰ ਸਵੇਰੇ 8 ਵਜੇ ਪੂਰੇ ਜ਼ੋਰ ਸ਼ੋਰ ਨਾਲ ਲੰਗਰ ਛਕ ਲਈ ਉਸ ਤੋਂ ਬਾਅਦ ਫਿਰ ਹੁੰਦਾ ਵੀ ਹੁਣ ਆਰਾਮ ਕਰ ਲੈਣਾ ਅਤੇ ਰਾਤ ਦਾ ਫਿਰ ਰਹਿਣ ਸਵਾਈ ਹੁੰਦਾ ਕਿ ਰਾਤ ਨੂੰ ਕਿਤੇ ਨਾ ਕਿਤੇ ਰਹਿਣ ਸਵਾਈ ਸੰਗਤ ਨਾਲ ਮਿਲ ਕੇ ਨਾਮ ਜਪਾਂਗੇ ਗੁਰੂ ਨਾਨਕ ਸਾਹਿਬ ਸਾਡੀ ਅਰਦਾਸ ਸੁਣਨਗੇ ਸਾਡੇ 'ਤੇ ਰਹਿਮਤ ਕਰਨਗੇ ਉਹ ਵਿੱਚ ਬੈਠਣਗੇ ਕਿਸੇ ਨੂੰ ਕਹੋ ਭਾਈ ਜਗਰਾਤਾ ਕਰਨਾ ਹਿੰਦੂ ਧਰਮ ਜਾਗਰਣ ਕਰ ਮੁਸਲਮਾਨ ਵੀ ਕਰਦੇ ਆ ਸਿੱਖ ਧਰਮ ਵਿੱਚ ਰਹਿਣ ਸਵਾਈਆਂ ਨੇ ਜੇ ਕਿਸੇ ਨੂੰ ਕਹੋ ਤੇ ਪਹਿਲੇ ਸਮਿਆਂ 'ਚ ਬੜਾ ਔਖਾ ਹੁੰਦਾ ਸੀ ਲੋਕ ਟਾਈਮ ਨਾਲ ਹੀ ਸੌ ਜਾਂਦੇ ਸੀ ਸਾਡੇ ਉੱਧਰ ਮਾਲਵੇ 'ਚ ਅਜੇ ਵੀ ਜਿਹੜੇ ਪਿੰਡਾਂ ਦੇ ਲੋਕ ਹੈ ਨਾ
ਉੱਥੇ ਤੁਹਾਨੂੰ ਰਾਤ 9-10 ਵਜੇ ਗੱਡੀ ਨਹੀਂ ਦੇਖੇ ਦਿਸੇਗੀ ਕੋਈ ਵੀ। ਪਿੰਡਾਂ ਦੀਆਂ ਸੜਕਾਂ 'ਤੇ ਲੋਕ ਸੌ ਜਾਂਦੇ ਬਹੁਤ ਜਲਦੀ, ਅਤੇ ਬਾਹਰਲੇ ਜਿੰਨੇ ਦੇਸ਼ ਨੇ ਉੱਥੇ ਸਾਰੀਆਂ ਸੜਕਾਂ 'ਤੇ ਜਿਹੜਾ ਜਾਮ ਲੱਗਦਾ ਹੈ ਨਾ, ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਲੋਕ ਕੰਮਾਂ 'ਤੇ ਪਹੁੰਚ ਜਾਂਦੇ ਆ 7 ਵਜੇ, ਉੱਧਰ ਕਦਰੇ ਕੰਮ ਦੀ, ਹਰ ਕੋਈ ਨਿਕਲ ਜਾਂਦਾ 5 ਵਜੇ, 7 ਵਜੇ ਕੰਮ 'ਤੇ ਪਹੁੰਚ ਜਾਣਾ ਉਹਨਾਂ ਨੇ। ਅਤੇ ਜੇ ਆਪਾਂ ਦਿੱਲੀ ਚਲੇ ਜਾਈਏ ਤਾਂ ਦਿੱਲੀ ਦੇ ਲੋਕ 11 ਵਜੇ ਉੱਠਦੇ ਆ, ਇਹਨਾਂ ਦਾ ਕੰਮ 11 ਵਜੇ ਸ਼ੁਰੂ ਹੁੰਦਾ ਨਹੀਂ, 10-11 ਵਜੇ। ਸਾਡੇ ਇੱਧਰ ਵੀ ਰਿਵਾਜ ਬਣ ਗਿਆ, ਪਰ ਸਾਰੀਆਂ ਗੱਲਾਂ ਨੂੰ ਛੱਡੋ, ਆਪਾਂ ਲਿਆ ਹੈ ਅੰਮ੍ਰਿਤ ਰਾਤ ਦੀ ਰਹਿਣ ਸਬਾਈ। ਸਵੇਰੇ ਕਿਸੇ ਤੋਂ ਉੱਠਿਆ ਜਾਵੇ ਨਾ ਉੱਠਿਆ ਜਾਵੇ, ਅਤੇ ਚਲੋ ਸੰਗਤ ਵਿੱਚ ਬੈਠਣਗੇ, ਕੀਰਤਨ ਕਰਨਗੇ। ਇਹਨਾਂ ਨੇ ਜਿਹੜਾ ਟਾਈਮ ਖਰਾਬ ਕਰਨਾ ਹੈ ਉਹ ਸਾਰਾ ਭਗਤੀ 'ਚ ਲੰਘ ਜਾਏਗਾ। ਬਿਲਕੁਲ ਨਹੀਂ ਲੋਕ ਸੌਂਦੇ, 1-2 ਵੱਜ ਜਾਂਦੇ ਆ, ਪਾਲ ਨੂੰ ਪਤਾ ਹੋਊਗਾ ਲਾਡੀ ਜੀ ਕਿੱਥੇ ਆ ਗਈ, ਹੁਣ ਮਾਹੌਲ ਇਹੀ ਜ਼ਿਆਦਾ, ਸੌਂਦਿਆਂ ਸੌਂਦਿਆਂ 1-2 ਤਾਂ ਵੱਜ ਹੀ ਜਾਂਦੇ, ਅਤੇ ਉਹ ਆਪਾਂ ਰਹਿਣ ਸਬਾਈ ਕਰ ਲੈਂਦੇ ਹਾਂ। 2 ਵੱਜ ਗਏ, 3-4 ਵੱਜ ਗਏ, ਆ ਬੀਬੀ ਲੁਧਿਆਣੇ ਤੋਂ ਗੱਡੀ ਲੈ ਕੇ ਆਈ, ਰਾਤ ਨੂੰ ਰਹਿਣ ਸਬਾਈਆਂ 'ਚ ਹਾਜ਼ਰੀਆਂ ਭਰੋ। ਸਾਨੂੰ ਪਤਾ ਹੈ ਸਾਡੀ ਰਹਿਣ ਸਬਾਈਆਂ 'ਚ ਹੁਣ ਇਕੱਠ ਭਾਵੇਂ ਥੋੜ੍ਹਾ ਹੁੰਦਾ ਹੈ ਨਾ, ਇਹ ਬਹੁਤ ਇਕੱਠ ਹੋਣ ਲੱਗ ਜਾਣਾ, ਕਿਉਂਕਿ ਲੋਕਾਂ ਨੂੰ ਰਾਤ ਨੂੰ ਕੋਈ ਲੱਭਦਾ ਹੀ ਨਹੀਂ, ਟੀਵੀਆਂ ਤੋਂ ਤੱਕ ਕੇ ਹੋਏ ਨੇ, ਨਾਲੇ ਉਹ ਹੁੰਦਾ ਗੁਨਾਹ ਹੈ। ਹੋਰ ਯੂਟਿਊਬ 'ਤੇ ਦੇਖੀ ਜਾਓ, ਲੋਕ ਅੱਕ ਗਏ ਵੀ ਐਵੇਂ ਮਾੜੀਆਂ ਚੰਗੀਆਂ ਤਸਵੀਰਾਂ ਦੇਖੀ ਜਾਵਾਂਗੇ, ਨਿੰਦਿਆ ਚੁਗਲੀ ਸੁਣੀ ਜਾਵਾਂਗੇ, ਸਾਰੀਆਂ ਟੀਵੀ ਦੇ ਖਬਰਾਂ ਸਭ ਨਿੰਦਿਆ ਚੁਗਲੀ। ਬੰਦਾ ਸੋਚਦਾ ਮੈਂ ਮਨੁੱਖਾ ਜਨਮ ਵਿੱਚ ਕੋਈ ਲਾਹਾ ਖੱਟ ਲਾਂ, ਕੋਈ ਭਲਾ ਕਰਮ ਕਰ ਲਾਂ, ਅਤੇ ਸਾਰੇ ਫਿਰ ਇਹ ਰਹਿਣ ਸਬਾਈ 'ਚ ਭੱਜਣਗੇ, ਜੁੜਨਗੇ। ਹੁਣ ਵੀ ਆਪਾਂ ਇੱਥੇ ਰਹਿਣ ਸਬਾਈ ਰੱਖਣੀ, ਗੁਰੂ ਸਾਹਿਬ ਮਿਹਰ ਕਰਨਗੇ, ਜਦੋਂ ਅਸੀਂ ਆਈਏ ਉਦੋਂ ਪੂਰੀ ਰਹਿਣ ਸਬਾਈ ਹੁੰਦੀ ਹੈ, ਨਹੀਂ ਤਾਂ 12-1 ਤਾਂ ਵੱਜਦੇ ਹੀ ਵੱਜਦੇ ਨੇ ਹਰ ਇੱਕ ਥਾਂ 'ਤੇ, ਅਤੇ ਆਪਣੇ ਪੁੰਨ ਬਣਾ ਲਓ। ਬਾਬਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਕਤੀ ਪ੍ਰਤੱਖ ਬਿਰਾਜਮਾਨ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਬੈਠੇ ਆ, ਬਾਬਾ ਜੀ ਦਾ ਆਸਣ ਲੱਗਾ ਹੈ, ਕੀਰਤਨ ਕਥਾ ਹੋ ਰਿਹਾ ਹੈ, ਇਹਦੇ ਵਿੱਚ ਆਣ ਕੇ ਬੈਠੋ
ਇਹ ਸਾਡਾ ਜਪ ਤਪ ਬਣ ਜਾਏਗਾ, ਭਗਤ ਬਣ ਜਾਏਗੀ। ਸਾਰੀਆਂ ਗ੍ਰੰਥਾਂ ਨੇ, ਵੇਦਾਂ ਸ਼ਾਸਤਰਾਂ ਨੇ ਇਹਦਾ ਬਹੁਤ ਵੱਡਾ ਮਹਾਤਮ ਦੱਸਿਆ ਕਿ ਇਸ ਰਹਿਣ ਸਵਾਈ ਦਾ ਮਹਾਤਮ ਕਿੰਨਾ। ਬਾਬਾ ਜੀ ਨੇ ਤਾਂ ਇਹਨੂੰ ਸਾਫ ਕਰਤਾ ਹੈ ਕਿ ਜਿਹੜਾ ਮਾਇਆ ਦਾ ਲਾਲਚ ਚੱਕਦਾ ਵਿੱਚੋਂ ਗੋਲਕਾਂ ਚੱਕਦੀਆਂ, ਨਹੀਂ ਤਾਂ ਲੋਕ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਦੇ ਆ, ਸਮਾਗਮ ਕਰਦੇ ਆ, ਕੀਰਤਨ ਕਰਦੇ, ਪੈਸੇ ਵਾਲ ਦਾ ਡੰਬਰ ਹੁੰਦਾ ਹੈ, ਸਾਰੀਆਂ ਮਾਇਆ ਇਕੱਠੀਆਂ ਹੁੰਦੀਆਂ, ਪਰਚੀਆਂ ਕੱਟਦੇ, ਗ੍ਰਾਹੀਆਂ ਕਰਦੇ, ਅਸੀਂ ਕੀਰਤਨ ਦਰਬਾਰ ਕਰਨਾ, ਉਹ ਮਾਇਆ ਦਾ ਡੰਬਰ ਹੁੰਦਾ, ਉਹਦਾ ਫਲ ਨਹੀਂ ਰਹਿ ਜਾਂਦਾ। ਇਹਦੇ 'ਚ ਕੋਈ ਪਰਚੀ ਨਹੀਂ ਕੱਟਣੀ, ਕੋਈ ਅਗਰਾਈ ਨਹੀਂ ਕਰਨੀ, ਕੋਈ ਲੈਣ ਦੇਣ ਦਾ ਨਹੀਂ ਫਿਕਰ ਕਿ ਇੱਧਰ ਰੱਖਣੇ ਆ, ਗੁਰੂ ਸਾਹਿਬ ਅੱਗੇ ਮੱਥਾ ਟੇਕਣੇ। ਬਾਬਾ ਆਨੰਦ ਸਿੰਘ ਜੀ ਨੇ ਇਹ ਸਾਡੀ ਭਗਤੀ ਬਣਾ ਦਿੱਤੀ ਅਤੇ ਇਹ ਬਿਲਕੁਲ ਸਾਫ਼ ਸੁਥਰੀ ਕਰਤੀ, ਗੰਦਲਾ ਪਾਣੀ ਦੇ ਵਿੱਚੋਂ ਕੱਢ ਕੇ ਜਿਹੜਾ ਵੀ ਕੋਈ ਰਹਿਣ ਸਫਾਈ ਕਰੇਗਾ ਉਹ ਗੁਰੂ ਨਾਨਕ ਨੂੰ ਪ੍ਰਸੰਨ ਕਰੇਗਾ, ਗੁਰੂ ਨਾਨਕ ਨੂੰ ਯਾਦ ਕਰੇਗਾ। ਇਹਦੇ ਵਿੱਚ ਵੱਧ ਤੋਂ ਵੱਧ ਸਮਾਣ ਕੇ ਰਹਿਣ ਸਫਾਈਆਂ 'ਚ ਹਾਜ਼ਰੀਆਂ ਭਰੋ, ਉੱਧਰ ਵੀ ਸਾਡਾ ਸਮਾਂ ਐਵੇਂ ਲੰਘਣਾ ਹੀ ਹੈ, ਬਿਰਥਾ ਜਾਣਾ, ਇਹ ਲੇਖੇ ਵਿੱਚ ਲੱਗ ਜਾਣਾ, ਇਹ ਲੇਖੇ ਵਿੱਚ ਰਾਤ ਲੱਗੀ ਹੋਈ ਨਹੀਂ, ਸਾਡੇ ਪੁੰਨਾਂ ਦਾ ਭੰਡਾਰ ਭਰ ਜਾਣਾ ਪੁੰਨਾਂ ਦਾ। ਫਿਰ ਜਿੱਥੇ ਵੀ ਜਾਵਾਂਗੇ ਇਹ ਪੁੰਨ ਕੰਮ ਆਉਣਗੇ, ਕਮਾਏ ਹੋਏ ਪੁੰਨ। ਬਾਹਰਲੇ ਦੇਸ਼ ਚਲੇ ਜਾਓ, ਕਿਸੇ ਵੀ ਥਾਂ ਚਲੇ ਜਾਓ, ਇਹ ਪੁੰਨ ਤੁਹਾਡੇ ਕੰਮ ਆਉਣਗੇ ਜਿਹੜੇ ਸੰਗਤ ਵਿੱਚ ਕਮਾਏ। ਸਤ ਸੰਗਤੀ ਸੰਗ ਹਰ ਧਨ ਖੱਟੀਏ, ਹਰੀ ਦਾ ਧਨ ਜੇ ਖੱਟਣਾ ਹੈ ਉਹ ਤਾਂ ਸਤ ਸੰਗਤ ਦੇ ਵਿੱਚ, ਬਾਕੀ ਹਰ ਧਨ ਨਹੀਂ ਲਿਆ ਜਾਂਦਾ, ਖੱਟਿਆ ਨਹੀਂ ਜਾਂਦਾ। ਇੱਥੇ ਜਦੋਂ ਬੈਠ ਕੇ ਸਾਰੇ ਰਲ ਕੇ ਕੀਰਤਨ ਕਰਦੇ ਆ, ਗੁਰੂ ਦੇ ਨਾਲ ਮਨ ਜੁੜਦਾ ਹੈ, ਗੁਰੂ ਸਾਹਿਬ ਦੀ ਪ੍ਰਸੰਨਤਾ ਹੁੰਦੀ ਹੈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿ ਸਬਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿ ਸਬਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿ ਸਬਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿ ਸਬਾਈ।
ਸੰਤ ਪਰੋਣੇ ਕੀਰਤਨ ਹੋਵਾਰੇ ਸਦਾਈ ਆਏ ਸੰਤ ਪਰੋਣੇ ਕੀਰਤਨ ਹੋਵਾਰੇ ਕੀਰਤਨ ਹੋਵਾ ਰਹਿਣ ਸਬਾਈ ਕੀਰਤਨ ਹੋਵਾ ਰਹਿਣ ਸਬਾਈ ਜੀ ਕੀਰਤਨ ਹੋਵਾ ਰਹਿਣ ਸਬਾਈ ਕੀਰਤਨ ਹੋਵਾ ਰਹਿਣ ਸਬਾਈ ਆਏ ਸੰਤ ਪਰੋਣੇ ਸੰਤ ਪਰੋਣੇ ਸੰਤ ਪਰੋਣੇ ਕੀਰਤਨ ਹੋਇਆ ਰਹਿਣ ਸਬਾਈ ਆਏ ਸੰਤ ਪਰੋਣੇ ਕੀਰਤਨ ਹੋਇਆ ਰਹਿਣ ਸਬਾਈ ਕਲਯੁਗ ਮੇ ਕੀਰਤਨ ਪ੍ਰਧਾਨ ਇਹ ਪ੍ਰਧਾਨ ਭਗਤੀ ਤੁਹਾਡੀਆਂ ਚਿੰਤਾ ਦੁੱਖ ਤਕਲੀਫ ਬਿਲਕੁਲ ਜਾਣਗੀਆਂ ਇਹਦਾ ਇੰਨਾ ਪ੍ਰਤਾਪ ਬਿਮਾਰੀਆਂ ਕਲੇਸ਼ ਜਿਹੜੀ ਆ ਟੈਨਸ਼ਨ ਦੀ ਬਿਮਾਰੀ ਕਹਿੰਦੀਆਂ ਨੇ ਦਿਮਾਗੀ ਬੋਝ ਇਹਦੇ ਵਿੱਚ ਨਹੀਂ ਰਹਿੰਦਾ ਰਹਿਣ ਸਭਾਈ ਜਾ ਜੋ ਸਾਰੇ ਦਾ ਸਾਰਾ ਬੋਝ ਗੁਰੂ ਸਾਹਿਬ ਇੱਥੇ ਰੱਖ ਲੈਂਦੇ ਆ ਜੋ ਲਓ ਪੋਟ ਅਠਾਈ ਚੱਲਿਓ ਤੋ ਲਓ ਡਾਣ ਭਰੇ ਜਦ ਤੱਕ ਬੋਝ ਚੱਕੀ ਜਾਂਦਾ ਤੇ ਇਹਨੂੰ ਬੜੇ ਦੁੱਖ ਤਕਲੀਫਾਂ ਆਉਂਦੀਆਂ ਇੱਥੇ ਬਾਬਾ ਜੀ ਬੋਝ ਰੱਖ ਲੈਂਦੇ ਆ ਬਾਬਾ ਈਸ਼ਰ ਸਿੰਘ ਬਾਬਾ ਨੰਦ ਸਿੰਘ ਦੇ ਬਚਨੇ ਸਾਨੂੰ ਪਾਪਾਂ ਦੀਆਂ ਪੰਡਾਂ ਇੱਥੇ ਰੱਖ ਜਾਓ ਤੇ ਪੁੰਨਾਂ ਦੀਆਂ ਲੈ ਜਾਓ ਆਹ ਸੌਦਾ ਹੈ ਸਾਡੇ ਘਰ ਦਾ ਸਾਡੇ ਘਰ ਦਾ ਇਹ ਸੌਦਾ ਅਸੀਂ ਕਰਦੇ ਹਾਂ ਕਿ ਤੁਹਾਡੇ ਬੋਝ ਰੱਖਦੇ ਹਾਂ ਇੱਥੇ ਤੁਹਾਨੂੰ ਸਿਮਰਨ ਭਗਤੀ ਦਿੰਦੇ ਹਾਂ ਸਾਰੇ ਬੋਝ ਉਤਰਦੇ ਨੇ ਸਰੀਰ ਰੌਲਾ ਹੋ ਜਾਂਦਾ ਬਾਬਾ ਜੀ ਸਾਰੇ ਬੋਝ ਉਤਾਰ ਦਿੰਦੇ ਆ ਕੋਈ ਬਿਮਾਰੀ ਨਹੀਂ ਰਹਿੰਦੀ ਜਿਹੜੇ ਕੀਰਤਨ ਵਿੱਚ ਰਹਿਣ ਸਭਾਈ ਚ ਆਉਂਦੇ ਆਣ ਕੇ ਦੇਖ ਲਓ ਬੈਠ ਕੇ ਦੇਖ ਲਓ ਸਤਿਗੁਰ ਸਾਰੇ ਬੋਝ ਉਠਾ ਲੈਂਦੇ ਆ ਇੱਕ ਪਾਠ ਹੁੰਦਾ ਹੈ ਪੁੱਛੋ ਸਾਹਿਬ ਉਹਨੂੰ ਤਾਰਿਆਂ ਦੀ ਛਾਵੇਂ ਪਾਠ ਕਹਿੰਦੇ ਆ ਉਹ ਰਾਤ ਨੂੰ 12 ਵਜੇ ਸ਼ੁਰੂ ਹੁੰਦਾ ਹੈ ਤੇ ਤਕਰੀਬਨ 7-8 ਘੰਟੇ ਉਹ ਪਾਠ ਚੱਲਦਾ ਹੈ
ਤੇ 8 ਦਿਨਾਂ 7 ਦਿਨਾਂ ਚ ਭੋਗ ਪੈਂਦਾ। ਰੋਜ਼ 7-8 ਘੰਟੇ ਪਾਠ ਹੋਣਾ ਤੇ ਸੁਣਨਾ ਹੈ। ਗੁਰੂ ਸਾਹਿਬ ਨੇ ਵੈਸੇ ਵੀ ਲਿਖਿਆ ਬਾਣੀ ਚ, ਕਹਿੰਦੇ ਗੂੰਗਾ ਸੁਣੇਗਾ ਤੇ ਰਸਨਾ ਮਿਲ ਜਾਏਗੀ, ਮੂੜ ਬੰਦਾ ਸੁਣੇਗਾ ਤੇ ਚਤਰ ਹੋ ਜਾਏਗਾ, ਦੁੱਖ ਦਰਦ ਭਾਉ ਨਾ ਨਿਕਟ ਤਿੰਨ ਨਾਲ ਕੇ ਰਹਿ, ਨਾ ਦੁੱਖ ਰਹੇਗਾ ਨਾ ਦਰਦ ਨਾ ਡਰ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਜਿੰਨੇ ਵੀ ਆਪਣੇ ਬੋਝ ਨੇ, ਜਿੰਨੀਆਂ ਵੀ ਚਿੰਤਾ ਹੈ, ਜਿੰਨੇ ਵੀ ਕਲੇਸ਼ ਹੈ, ਸਾਰੇ ਬਾਬਾ ਜੀ ਦੇ ਘਰ ਛੱਡ ਜਾਵੋ, ਘਰ ਵਸ ਜਾਣਗੇ ਤੁਹਾਡੇ, ਬਿਮਾਰੀਆਂ ਦੁੱਖ ਦਰਦ ਦੂਰ ਹੋ ਜਾਣਗੇ। ਦੁੱਖ ਦਰਦ ਰੋਗ ਮਾਏ ਮੈਂਡਾ ਹੱਬ ਨਸੇ, ਕਿ ਹੇ ਮੇਰੀ ਮਾਂ ਮੇਰੇ ਦੁੱਖ ਤੇ ਦਰਦਾਂ ਤੇ ਰੋਗ ਸਾਰੀਆਂ ਗੁਰੂਆਂ ਦੀ ਸੰਗਤ ਨੇ ਦੂਰ ਕਰਤੀ, ਤੇ ਮਾਂ ਸੰਪੜ ਦੇ ਵਿੱਚ ਅੱਜ ਅਸੀਂ ਤੁਹਾਡੀ ਸ਼ੁਰੂਆਤ ਕਰਨ ਵਾਸਤੇ ਆਏ ਹਾਂ ਕਿ ਸਭ ਨੂੰ ਲਾਓ, ਸਕੂਲ ਦੇ ਬੱਚਿਆਂ ਨੂੰ ਲਾਓ ਵੱਧ ਤੋਂ ਵੱਧ। ਇਹ ਪਾਠ ਸ਼ੁਰੂ ਕਰੋ, ਜਿੰਨੇ ਵੀ ਗੁਰਮੁਖ ਪਿਆਰੇ ਲੱਗ ਸਕਦੇ ਆ ਸਾਰੇ ਅੰਦਰ ਲਾਓ, ਤੇ ਉਹਨਾਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਹੋਵੇ। ਇਹ 20 ਦਿਨ ਵਾਸਤੇ ਆਪਾਂ ਬਾਬਾ ਜੀ ਦੀਆਂ ਖੁਸ਼ੀਆਂ ਲੈ ਲਈਏ, ਜਪ ਤਪ ਕਮਾ ਲਈਏ। ਗੁਰਬਾਣੀ ਚ ਇੱਕ ਸ਼ਬਦ ਆਉਂਦਾ ਹੈ ਕਿ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਬੇੜਲਾ। ਤੂੰ ਪਾਠ ਸਿਮਰਨ ਭਜਨ ਬੰਦਗੀ ਦਾ ਇੱਕ ਬੇੜਾ ਬਣਾ ਲਾ, ਉਹ ਤੈਨੂੰ ਤਾਰ ਦੇਵੇਗਾ, ਭਵਜਲ ਤੋਂ ਪਾਰ ਲੈ ਜਾਏਗਾ। ਸਿਮਰਨ ਦਾ ਭਗਤੀ ਦਾ ਬੇੜਾ ਬਣਾ ਜਿਹੜਾ ਤੈਨੂੰ ਤਾਰ ਕੇ ਲੈ ਕੇ ਜਾਏਗਾ, ਤੈਨੂੰ ਤੇਰੇ ਬੱਚਿਆਂ ਨੂੰ ਸਭ ਨੂੰ। ਕਹਿੰਦੇ ਬੇੜਾ ਬੰਧ ਨਾ ਸਕੇ ਉਹ ਬੰਧਨ ਕੀ ਵੇਲਾ। ਜਦੋਂ ਭਗਤੀ ਦਾ ਬੇੜਾ ਬਣਾਉਣਾ ਸੀ ਨਾ, ਸਿਮਰਨ ਦਾ ਭਜਨ ਦਾ, ਉਹ ਬਣਾ ਨਾ ਸਕਿਆ। ਜੇ ਬਣਾਇਆ ਹੁੰਦਾ ਤੇ ਭਵਜਲ ਤੋਂ ਬੜਾ ਸੌਖਾ ਲੰਘ ਜਾਂਦਾ, ਬੜਾ ਪਾਰ ਹੋ ਜਾਂਦਾ। ਹੁਣ 20 ਦਿਨਾਂ ਵਾਸਤੇ ਸਾਰਿਆਂ ਨੂੰ ਘਰ ਘਰ ਦੇ ਵਿੱਚ ਕਹਿ ਦਿਓ ਕਿ ਸ਼ਾਮੀ 7 ਵਜੇ ਇੱਥੇ ਪਹੁੰਚ ਜਾਓ, 1-2 ਵਜੇ ਤਾਈਂ ਕਥਾ ਕੀਰਤਨ ਦਾ ਆਨੰਦ ਮਾਣੋ, ਜਾਂ ਮਾਂ ਸੰਪੜ ਪਾਠ ਵਿੱਚ ਲੱਗ ਜਾਓ, ਬਾਬਾ ਜੀ ਤੁਹਾਡੇ ਮਸਲੇ ਹੱਲ ਕਰ ਦੇਣਗੇ। ਇਹਨਾਂ 21 ਦਿਨਾਂ ਦੇ ਵਿੱਚ ਗੁਰੂ ਸਾਹਿਬ ਆਪਣੇ ਆਪ ਹੀ ਮਿਹਰ ਕਰ ਦੇਣਗੇ, ਆਪਣੇ ਆਪ ਹੀ ਬਖਸ਼ਿਸ਼ ਕਰ ਦੇਣਗੇ। ਬੜੇ ਲੋਕ ਪੁੱਛੋ ਸਾਹਿਬ ਆਉਂਦੇ ਆ, ਕਹਿੰਦੇ ਜੀ ਬਹੁਤ ਅਸੀਂ ਡੀਕ ਰਹੇ ਸੀ ਆਪਦੇ ਵਿਜੇ ਨੂੰ, ਲੱਗਿਆ ਨਾ ਤੇ ਅਸੀਂ ਤਿਆਰੀ ਕੀਤੀ ਵੀ ਪੁੱਛੋ ਸਾਹਿਬ ਚੱਲੀਏ, ਅਜੇ ਪਹੁੰਚੇ ਨਹੀਂ ਤੇ ਰਾਜ ਟੈਲੀਫੋਨ ਆ ਗਿਆ ਕਿ ਤੁਹਾਡਾ ਕੰਮ ਸਿੱਧ ਹੋ ਗਿਆ। ਬਾਹਰੋਂ ਬੱਚਿਆਂ ਨੂੰ ਕੰਮ ਕਾਰ ਨਹੀਂ ਮਿਲਦੇ, ਪੀ ਆਰ ਦੇ
ਰੋੜੇ ਨੇ ਜਿਹੜੇ ਉੱਥੇ ਸੰਪੜ ਪਾੜ ਕਰਾ ਕੇ ਜਾਂਦੇ ਆ ਗੁਰੂ ਵਾਲੇ ਪਾਸੇ ਮੂੰਹ ਕਰਦੇ ਆ ਦੁੱਖ ਦਰਦ ਦੂਰ ਹੋ ਜਾਂਦੇ ਆ। ਇੱਕ ਕਥਾ ਆਉਂਦੀ ਧਰੂ ਦੀ ਕਿ ਉਹ ਬਾਪ ਦੀ ਗੋਦ ਵਿੱਚ ਬੈਠਾ ਮਤਰੇਈ ਮਾਂ ਨੇ ਬਾਹ ਫੜ ਕੇ ਪਾਸੇ ਕਰਤਾ ਉਹ ਮਾਂ ਦੇ ਕੋਲ ਰੋਂਦਾ ਚਲਾ ਗਿਆ। ਮਾਂ ਨੇ ਕਿਹਾ ਪੁੱਤਰ ਕਿਸੇ ਦਾ ਕੋਈ ਦੋਸ਼ ਨਹੀਂ ਸਾਡੀ ਭਗਤੀ ਨਹੀਂ ਹੈਗੀ ਜੇ ਪੁੰਨ ਹੁੰਦੇ ਭਗਤੀ ਹੁੰਦੀ ਮੇਰਾ ਵੀ ਮਾਣ ਸਨਮਾਨ ਹੁੰਦਾ ਜੇ ਪੁੰਨ ਭਗਤੀ ਹੁੰਦੀ ਤੇ ਪੁੱਤਰ ਤੁਸੀਂ ਗੱਦੀ ਦੇ ਗੋਦ ਵਿੱਚ ਬਹਿ ਸਕਦਾ ਸੀ ਤੇਰਾ ਵੀ ਜਨਮ ਉਸ ਰਾਣੀ ਦੇ ਹੋਣਾ ਸੀ ਘਰ ਜਿੰਦੀ ਚੱਲਦੀ ਹੈ। ਇਸ ਕਰਕੇ ਆਪਣੀ ਭਗਤੀ ਨਹੀਂ ਹੈਗੀ। ਉਹ ਫਿਰ 5 ਸਾਲ ਦਾ ਹੀ ਬੱਚਾ ਭਗਤੀ ਕਰਨ ਤੁਰ ਪਿਆ ਅੱਗੋਂ ਨਾਰਦ ਮੁਨੀ ਜੀ ਮਿਲ ਪਏ ਉਹਨਾਂ ਨੇ ਵੇਖਿਆ ਵੀ 5 ਸਾਲ ਦਾ ਬੱਚਾ ਭਗਤੀ ਕਰਨ ਤੁਰ ਪਿਆ ਦ੍ਰਿੜ ਵਿਸ਼ਵਾਸ ਨਾਲ ਕੋਈ ਇਹਨੂੰ ਜੰਗਲ ਦੇ ਜਾਨਵਰਾਂ ਦਾ ਡਰ ਨਹੀਂ ਕੋਈ ਭੈ ਨਹੀਂ ਕੋਈ ਵਿਸ਼ਵਾਸ ਕਰ ਲਿਆ ਮੈਂ ਉਹਦੀ ਮੇਰੀ ਰਾਖੀ ਕਰੇਗਾ ਪਰਮਾਤਮਾ ਮੈਂ ਭਗਤੀ ਕਰਨੀ। ਉਹਨੇ ਕਿਹਾ ਚੱਲ ਮੈਂ ਤੈਨੂੰ ਨਾ ਰਾਜੇ ਤੋਂ ਅੱਧਾ ਰਾਜ ਦਵਾ ਦਿੰਦਾ ਉੱਧਰ ਰਾਜੇ ਨੂੰ ਮਨਾ ਲਿਆ ਸੀ ਉਹਨੇ ਕਿਹਾ ਵੀ ਅੱਧਾ ਰਾਜ ਧਰੂ ਨੂੰ ਦੇਣੇ। ਉਹਨੇ ਕਿਹਾ ਤੇਰਾ ਪੁੱਤਰ ਭਗਤੀ ਕਰਨ ਛੜਾ ਗਿਆ ਤੇ ਉਹਦੀ ਭਗਤੀ ਦੇ ਫਲ ਮਿਲਣੇ ਹੀ ਮਿਲਣੇ। ਉਹਨੂੰ ਵੀ ਚਿੰਤਾ ਹੋ ਗਈ ਬੱਚਾ ਘਰੋਂ ਨਿਕਲਿਆ ਭਾਵ ਕੇ ਉਹਨਾਂ ਕਿਹਾ ਅੱਧਾ ਰਾਜ ਦਿੰਦੇ ਆ ਜਿੱਡਾ ਵੱਡਾ ਰਾਜ ਸੀ ਨਾ ਅੱਧਾ ਰਾਜ। ਤੇ ਧਰੂ ਨੇ ਪਤਾ ਕੀ ਕਿਹਾ ਕਹਿੰਦਾ ਜੇ ਭਗਤੀ ਕਰਨ ਵਾਲੇ ਪਾਸੇ ਮੂੰਹ ਕੀਤਾ ਹੈ ਰਾਦਾ ਬਣਾਇਆ ਹੈ ਵਿਸ਼ਵਾਸ ਬਣਾਇਆ ਤੇ ਅੱਧਾ ਰਾਜ ਮਿਲਦਾ ਹੈ ਜੇ ਕਿਤੇ ਮੈਂ ਭਗਤੀ ਪੂਰੀ ਕਰ ਲਈ ਪਤਾ ਹੀ ਨਹੀਂ ਮੈਨੂੰ ਕੀ ਕੁਝ ਮਿਲ ਜਾਣਾ। ਫਿਰ ਉਵੇਂ ਹੀ ਹੋਇਆ ਇਹ ਤਾਂ ਮੂੰਹ ਕਰਦੀ ਹੈ ਨਾ ਇਸ ਪਾਸੇ ਨੂੰ ਚਿੰਤਾ ਬਿਮਾਰੀਆਂ ਦੁੱਖ ਤਕਲੀਫਾਂ ਭੱਜੀਆਂ ਜਾਂਦੀਆਂ ਨਜ਼ਰ ਆਉਂਦੀਆਂ। ਬਾਣੀ ਚ ਦੁੱਖ ਨਾਠੇ ਆਉਂਦਾ ਹੈ ਵੀ ਨੱਸ ਕੇ ਨਿਕਲੇ ਦੁੱਖ ਬਿਮਾਰੀਆਂ ਇੱਧਰ ਨੂੰ ਮੂੰਹ ਕਰਕੇ ਵੇਖੋ। ਇੰਨਾ ਵੱਡਾ ਇਸ ਘਰ ਦੇ ਵਿੱਚ ਭਗਤੀ ਦਾ ਲਾਭ ਹੈ ਕਿ ਮੂੰਹ ਕੀਤੀਆਂ ਹੀ ਅੱਧੇ ਕੰਮ ਹੋ ਜਾਂਦੇ ਆ ਜੇ ਕਰ ਲਈਏ ਤੇ ਪਤਾ ਹੀ ਨਹੀਂ ਕਿੱਥੋਂ ਤੱਕ ਪਹੁੰਚ ਜਾਣਾ। ਜਿਹੜੇ ਬਾਹਰਲੇ ਦੇਸ਼ਾਂ ਨੂੰ ਵਿਜਿਆਂ ਨੂੰ ਲੋਚਦੇ ਆ ਕਾਰੋਬਾਰ ਨੂੰ ਲੱਭਦੇ ਆ ਨੌਕਰੀਆਂ ਭਾਲਦੇ ਆ ਬਾਬਾ ਜੀ ਦੀ ਘਰ ਦੀ ਕਹਿੰਦੇ ਨੇ ਕਰਕੇ ਕੋਈ ਵੇਖ ਲਓ ਇਹ ਕਰਕੇ ਤਾਂ ਵੇਖ ਲਓ ਪੜੋ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ
ਕਰਕੇ ਕੋਈ ਵੇਖ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ 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 ਸੇਵਾ ਨੂੰ ਲੱਗਦਾ ਕਰਕੇ ਕੋਈ ਵੇਖ ਲੋ ਬਈ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਸੰਪਣ ਚ ਲੱਗ ਕੇ ਕੋਈ ਵੇਖ ਲਓ ਬਾਹਰਲੇ ਦੇਸ਼ ਦਾ ਲੱਗਦਾ ਵੀ ਆ ਉਦੋਂ ਹੀ ਵੀ ਜੇ ਘਰ ਵਿੱਚ ਆ ਜਾਂਦੇ ਆ ਇਹਦੇ ਮਾਂ ਸੰਪਣ ਚ ਕਈ ਮੁੰਡੇ ਸਾਨੂੰ ਮਿਲੇ ਉੱਥੇ ਆਸਟ੍ਰੇਲੀਆ ਇੰਗਲੈਂਡ ਕਹਿੰਦੇ ਜੀ ਅਸੀਂ ਤੁਹਾਡੇ ਮਾਂ ਸੰਪਣ ਚ ਲੱਗੇ ਸੀ ਕੋਈ ਕਿਤੋਂ ਦਾ ਕਹਿ ਰਿਹਾ ਸੀ ਕੋਈ ਕਿਤੇ ਦਾ ਕਹਿੰਦੇ ਅਸੀਂ ਬਿਲਕੁਲ ਨਹੀਂ ਕਿਸੇ ਜੋਗੇ ਸੀ ਬਾਬਾ ਜੀ ਇੱਥੇ ਕਰਮ ਲਿਖੇ ਜਾਂਦੇ ਹੱਥ ਕਲਮ ਗਮ ਮਸਤਕ ਲਿਖਾਵਤੀ ਹੱਥ ਵਿੱਚ ਕਲਮ ਏ ਤੇ ਕਰਮ ਲਿਖਣ ਵਾਲਾ ਬਾਬਾ ਜੀ ਦੇ ਦੁਆਰੇ ਤੋਂ ਮਾਂ ਸੰਪਣ ਪਾਠ ਲਿਵ ਲਾ ਕੇ ਕਰੇ ਪੂਰੀ ਲਗਨ ਨਾਲ ਭਾਂਡੇ ਮਾਂਜਿਓ ਅੰਦਰ ਰਹਿਓ ਪਾਠ ਸੁਣਿਓ ਚੋਰ ਕਰਿਓ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਸਮਝਿਓ ਜਾਣ ਲੱਗਿਆ ਅਰਦਾਸ ਕਰਿਓ ਉੱਠਣ ਲੱਗਿਆ ਮਾਫ਼ੀ ਮੰਗਿਓ ਪੂਰੇ ਭੈ ਨਾਲ ਮਾਂ ਸੰਪਣ ਪਾਠ ਕਰ ਲਓਗੇ ਅਤੇ ਇਹ ਪਾਠ ਕੋਈ ਛੋਟਾ ਮੋਟਾ ਨਹੀਂ ਇਹ ਪਾਠ ਤਾਂ ਰੱਬ ਨੂੰ ਮਿਲਾਉਣ ਵਾਲਾ ਹੈ ਛੋਟੇ ਛੋਟੇ ਕੰਮ ਤਾਂ ਕੀ ਇਹਦੇ ਅੱਗੇ ਨੇ ਅਤੇ ਸਾਰਿਆਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਵੋ ਹੁਣ ਹੁਕਮਨਾਮਾ ਸਰਵਣ ਕਰੋ ਅਤੇ ਅੱਜ ਪਾਠ ਰੱਖ ਦਿਆ ਕਿਉਂਕਿ ਫਿਰ ਸਾਨੂੰ ਟਾਈਮ ਨਹੀਂ ਹੈਗਾ ਫਿਰ ਜੈਪੁਰ ਪਾਠ ਰੱਖਣਾ ਹੈ ਪਹਿਲੀ ਤਰੀਕ ਉਹਨਾਂ ਦੀ ਇਹ ਪਾਠ ਰੱਖਣ ਦੀ ਇਸ ਕਰਕੇ ਅਸੀਂ ਫਿਰ ਅੱਜ ਦਾ ਹੀ ਪ੍ਰੋਗਰਾਮ ਬਣਾ ਲਿਆ ਤੁਹਾਡੇ ਮਾਂ ਸੰਪਣ ਪਾਠ 'ਤੇ ਸ਼ੁਰੂ ਕਰਨਾ ਅਤੇ ਇੱਥੇ ਵੀ ਹਾਜ਼ਰੀ ਭਰਾ ਕਰਾਂਗੇ ਅਤੇ ਜੈਪੁਰ ਵੀ ਹਾਜ਼ਰੀ ਭਰਨੀ ਉੱਥੇ ਸ਼ੁਰੂ ਹੋ ਜਾਣੀ 1 ਤਰੀਕ ਤੋਂ ਤੁਹਾਡੇ ਕੋਲ ਅੱਜ ਦਾ ਦਿਨ ਹੈਗਾ ਸਕੂਲ ਜਿਹੜੇ ਬੱਚੇ ਲੈ ਕੇ ਆਉਣ ਨਾ ਉਹਨਾਂ ਨੂੰ ਆਉਂਦਿਆਂ ਝੋਲੇ ਪਵਾ ਦਿਓ ਕਿੱਥੇ ਜਰਮਨ
ਸੰਤ ਜਰਮਨ ਸਿੰਘ ਜੀ ਸਾਰੇ ਬੱਚਿਆਂ ਨੂੰ ਘੇਰ ਲਿਓ ਤੇ ਸਾਰੇ ਕਿੰਨੇ ਕੁ ਮਾਮੇ ਹੈਗੇ ਤੇਰੇ ਪਿੰਡ 'ਚ 40-50 ਹੈਗੇ ਨੇ ਮਾਮਿਆਂ ਨੂੰ ਪਾਠ 'ਚ ਲਾ ਦੇ ਅੰਦਰ ਮਾਂ ਸੰਪਟ 'ਚ ਅਤੇ ਮਾਮੀਆਂ ਨੂੰ ਵੀ ਲਾ ਦੇ ਕੰਮ ਹੀ ਨਿਬੜ ਜਾਏਗਾ ਇਹ ਸਾਰੇ ਕਹਿੰਦੇ ਨਾਨਕਾ ਹੀ ਢੇਰੀ ਏ ਅਤੇ ਸਾਰੇ ਪਰਿਵਾਰ ਇੱਕੋ ਹੀ ਨੇ ਲਾਹਾ ਖੱਟ ਲਓ ਸਾਰੇ ਹੁਣ ਬੜਾ ਵਧੀਆ ਮੌਸਮ ਹੋ ਗਿਆ ਗਰਮੀ ਵੀ ਜ਼ਿਆਦਾ ਨਹੀਂ ਅਤੇ ਵੱਧ ਤੋਂ ਵੱਧ 3-4 ਤਾਂ ਜ਼ਰੂਰ ਮਾਂ ਸੰਪੜ ਪਾਠ ਰੱਖੋ 2 ਗੁਰੂ ਸਾਹਿਬ ਦੇ ਇੱਕ ਜਪਜੀ ਸਾਹਿਬ ਦਾ ਇੱਕ ਸੁਖਮਨੀ ਸਾਹਿਬ ਦਾ ਅੰਦਰ ਅਤੇ ਇੱਕ ਸੁਖਮਨੀ ਸਾਹਿਬ ਦਾ ਬਾਹਰ ਇਹ 5 ਤਾਂ ਬਹੁਤ ਜ਼ਰੂਰੀ ਹੁੰਦੇ ਆ ਬਾਕੀ ਕਿਰਪਾਨਾਂ 'ਤੇ ਪੈ ਰਹੇ ਹੋਰ ਚੌਰ ਦੀਆਂ ਡਿਊਟੀਆਂ ਨੇ ਕਿਰਪਾਨਾਂ 'ਤੇ ਪੈ ਰਹੇ ਅੰਦਰ ਬਾਹਰ ਦੇ ਸਾਰੇ ਪੂਰੇ ਕਰ ਲਓ ਅੱਜ ਘਰ ਘਰ ਗੇੜਾ ਲਾ ਦਿਓ ਆਪਾਂ ਤਾਂ ਸੇਵਾ ਕਰਾ ਕੇ ਨਾਮ ਜਪਾ ਕੇ ਇੱਥੋਂ ਕੁਝ ਮਿਲਣਾ ਹੀ ਨਹੀਂ ਬਾਬਾ ਜੀ ਨੇ ਕੋਈ ਦੇਣਾ ਹੀ ਹੈ ਸਾਨੂੰ ਹਰ ਜਸ ਗਾਇਓ ਸੰਤ ਜਨਾ ਹਰ ਦਸ ਗਾਇਓ ਸੰਤ ਜਨਾ ਪਰ ਕਿਰਪਾ ਹਰ ਨਾਮ ਦਿਵਾਇਓ ਸੁਖ ਹਰ ਨਾਮ ਵਡਾਈ ਪ੍ਰਸਾਦ ਨਾਨਕ ਮਤ ਪਾਈ ਮਿਲ ਹਰ ਦਸ ਗਾਇਓ ਸੰਤ ਜਨਾ ਹਰ ਦਸ ਗਾਇਓ ਸੰਤ ਜਨਾ ਸਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂ ਜੀ ਕਰਮੀ ਆਪੋ ਆਪਣੀ ਕਿਨੜ ਕੇ ਦੂਰ ਨਾਮ ਨਾਨਕ ਦੇ ਕੀਤੀ ਛੁੱਟੀ ਨਾਨੀ ਨਾਮ ਨਾਨਕ ਛੁੱਟੀ ਕੀਤੀ ਛੁੱਟੀ ਸ਼੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ
ਮਨ ਵਿਲਾਸ ਭਏ ਸਾਹਿਬ ਕੇ ਅਜਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਧੰਨ ਗੁਰੂ ਨਾਨਕ।